ਕਰ ਰਹੀਆਂ ਆਪਣੇ ਮਨ 'ਚ ਸੋਚੋ ਇਸ ਟਾਈਮ ਤੁਸੀਂ ਕਿਹੜੇ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਜੀਣਾ ਚਾਹੁੰਦੇ ਜੇ ਕਿਹੜੇ ਇਨਸਾਨ ਵਰਗੀ ਜ਼ਿੰਦਗੀ ਤੁਹਾਡੀ ਹੋ ਜੇ ਇੱਕ ਮੈਂ ਇੱਕ ਵਾਰੀ ਸੋਚ ਲਓ ਫਿਰ ਮੈਂ ਤੁਹਾਨੂੰ ਇਸ ਗੱਲ ਦਾ ਮਤਲਬ ਦੱਸਦਾ ਕਿ ਕਿਉਂ ਐਵੇਂ ਗੱਲ ਕਰ ਰਿਹਾ ਮੈਂ ਹਮੇਸ਼ਾ ਜਦੋਂ ਆਪਾਂ ਇਹ ਨਹੀਂ ਨਾ ਕਿ ਮੇਰੀ ਲਾਈਫ ਇਦਾਂ ਦੀ ਹੋ ਜੇ ਜਾਂ ਬੰਦੇ ਵਰਗੀ ਹੋ ਜੇ ਆਪਾਂ ਜਿਹੜੀ ਸਿਚੁਏਸ਼ਨ ਦੇ ਵਿੱਚ ਉਹ ਬੰਦਾ ਇਸ ਵੇਲੇ ਆ ਨਾ ਆਪਾਂ ਉਹ ਲਾਈਫ ਲੱਭਣ ਦੇ ਆ ਪਰ ਆਪਾਂ ਕਦੀ ਇਹ ਨਹੀਂ ਸੋਚਦੇ ਕਿ ਉਹ ਬੰਦਾ ਉੱਠਿਆ ਕਿੱਥੋਂ ਉਹਨੇ ਇੱਥੇ ਤੱਕ ਪਹੁੰਚਣ ਲਈ ਕੀ ਕੁਝ ਗਵਾ ਲਿਆ ਕਿੰਨੇ ਇਨਸਾਨ ਉਹਦੀ ਜ਼ਿੰਦਗੀ ਤੋਂ ਚਲ ਗਏ ਆ ਕਿੰਨੇ ਉਹਨੇ ਘਾਟੇ ਖਾਦੇ ਆ ਕਿੰਨੀਆਂ ਉਹਨੇ ਸੱਟਾਂ ਖਾਧੀਆਂ ਵਾ ਕਿਹੜੇ ਕਿਹੜੇ ਹਨਾ ਟਰੋਮਾ ਥਾਣੀ ਉਹ ਇਨਸਾਨ ਨੰਗੇ ਫੇਰ ਇੱਥੇ ਤੱਕ ਆਇਆ ਵਾ ਆਪਾਂ ਉਹ ਪ੍ਰੋਸੈਸ ਸਕਿਪ ਕਰਨਾ ਚਾਹੁੰਦੇ ਆ ਹੁਣ ਕਿਸੇ ਦੀ ਵੀ ਗੱਲ ਕਰ ਲੋ ਕਿ ਕੋਈ ਵੀ ਇਨਸਾਨ ਜਿਹੜਾ ਕਿਤੇ ਪਹੁੰਚਿਆ ਵਾ ਉਹਦੀ ਲਾਈਫ bro इजी ਨਹੀਂ ਇੱਥੇ ਤੱਕ ਆਉਣ ਲਈ ਕਿਉਂਕਿ ਜਿੰਨਾ ਲੋਕਾਂ ਦੀ ਜ਼ਿੰਦਗੀ इजी ਆ ਜਾਂ ਜਿੰਨਾ ਲੋਕਾਂ ਦੀ ਲਾਈਫ ਦੇ ਵਿੱਚ ਟਰਾਮਾ ਨਹੀਂ ਸੀ ਜਿੰਨਾਂ ਦੇ ਲੋਕਾਂ ਨੂੰ ਸਭ ਕੁਝ ਪਲੇਟ 'ਚ ਪਰੋਸਿਆ ਮਿਲਿਆ ਹੀ ਉਹਨਾਂ ਤੋਂ ਤੁਸੀਂ ਇਨਸਪਾਇਰ ਨਹੀਂ ਹੁੰਨੇ ਤੁਸੀਂ ਉਹਨਾਂ ਤੋਂ ਇਨਸਪਾਇਰ ਹੁੰਨੇ ਆ ਜਿਹੜੇ ਲੋਕੀ ਜ਼ੀਰੋ ਤੋਂ ਉੱਠ ਕੇ ਫਿਰ ਇੱਥੇ ਤੱਕ ਪਹੁੰਚੇ ਆ ਕਿਤੇ ਪਹੁੰਚੇ ਆ ਪਰ ਉਹਨਾਂ ਨੇ ਬੜਾ ਕੁਝ ਗੁਆਇਆ bro ਇੱਥੇ ਤੱਕ ਪਹੁੰਚਣ ਲਈ ਤੇ ਜਦੋਂ ਤੁਸੀਂ ਹਮੇਸ਼ਾ ਆਪਣੇ ਮਨ 'ਚ ਸੋਚਦੇ ਜੇ ਜਾਂ ਡਾਇਰੈਕਟਲੀ ਉਸ ਇਨਸਾਨ ਨੂੰ ਕਹਿੰਦੇ ਬ੍ਰੋ ਜ਼ਿੰਦਗੀ ਤੇਰੀ ਐ ਕਸ਼ਮੀਰੀ ਜ਼ਿੰਦਗੀ ਵੀ ਤੇਰੇ ਵਰਗੀ ਹੁੰਦੀ ਇਹ ਚੀਜ਼ਾਂ ਨਾ ਮੰਗਿਆ ਕਰੋ ਰੱਬ ਕੋ ਰੱਬ ਕੋ ਇਹ ਮੰਗਿਆ ਕਰੋ ਕਿ ਰੱਬਾ ਮੈਨੂੰ ਬੁੱਧਮਤ ਬਖਸ਼ ਤੇ ਮੈਨੂੰ ਕੰਮ ਕਰਨ ਦਾ ਜਿਹੜਾ ਕਰੇ ਜਾ ਉਹ ਬਖਸ਼ ਤਾਂ ਕਿ ਮੈਂ ਵੀ ਆਪਣੀ ਮਿਹਨਤ ਕਰਕੇ ਕਿਤੇ ਪਹੁੰਚਾਂ ਕਿਉਂ ਜੀ ਜਦੋਂ ਤੁਸੀਂ ਕਹਦੇ ਜਿੰਦਗੀ ਮੈਨੀਫੈਸਟ ਕਰਨ ਦੇ ਜੇ ਨਾਲ ਤੁਸੀਂ ਜਿਹੜੀਆਂ ਔਂਕੜਾਂ ਜਿਹੜੀਆਂ ਪ੍ਰੋਬਲਮਸ ਜਿਹੜੇ ਟਰੋਮਾ ਥਾਣੀ ਉਹ ਇਨਸਾਨਾਂ ਗਿਆ ਤੁਸੀਂ ਉਹ ਵੀ ਮੈਨੀਫੈਸਟ ਕਰਨ ਦੇ ਜੇ ਪਰ ਹਰ ਇੱਕ ਦਾ ਦਿਲ ਐਡਾ ਨਹੀਂ ਹੁੰਦਾ ਕਿ ਉਹ ਉਹਨਾਂ ਔਂਕੜਾਂ ਥਾਣੀ ਉਹਨਾਂ ਉਸ ਟਰੋਮੇ ਥਾਣੀ ਹੋ ਕੇ ਇੱਥੇ ਤੱਕ ਪਹੁੰਚ ਜੇ ਸੋ ਕਦੀ ਕਦੀ ਵੀ ਕਿਸੇ ਦੂਜੇ ਇਨਸਾਨ ਦੀ ਜ਼ਿੰਦਗੀ ਵੇਖ ਕੇ ਨਾ ਮੰਗੇ ਕਰੋਗੀ ਮੇਰੀ ਜ਼ਿੰਦਗੀ ਉਦਾਂ ਦੀ ਹੋ ਜੇ